ਸਤਿ ਸ਼੍ਰੀ ਅਕਾਲ ਜੀ, ਕਿਵੇਂ ਸਾਰੇ? ਹੋਪ ਕਰਦੇ ਆ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ। ਅੱਜ ਸਾਡਾ ਕੋਈ ਫੂਡ ਚੈਲੰਜ ਨਹੀਂ ਹੈ, ਨਾ ਹੀ ਆਪਾਂ ਕੋਈ ਓਰੀਜਨਲ ਡੁਪਲੀਕੇਟ ਕਾਪੀ ਕੁਛ ਵੀ ਕਰ ਰਹੇ ਹਾਂ। ਅੱਜ ਆਪਾਂ ਟਰਾਈ ਕਰ ਰਹੇ ਹਾਂ ਜੋਮੈਟੋ ਵਰਸਿਸ ਸਵਿਗੀ। ਅੱਜ ਫਿਰ ਕੰਪੈਰੀਜ਼ਨ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ। ਮੇਨ ਇਸ ਕੰਪੈਰੀਜ਼ਨ ਵੀਡੀਓ ਦਾ ਕਾਰਨ ਇਹ ਹੈ, ਸਾਰੇ ਭਾਅ ਜੀ ਆਪਣੇ ਆਪਣੇ ਘਰ ਬੈਠੇ ਹੈ, ਬਿਲਕੁਲ, ਅਤੇ ਟੇਕ ਅਵੇ ਚੱਲ ਰਹੇ ਹੈ ਜਾਂ ਡਿਲੀਵਰੀ ਚੱਲ ਰਹੀ ਹੈ, ਅਤੇ ਇਸ ਟਾਈਮ 'ਤੇ ਸਭ ਤੋਂ ਸੇਫ ਇਹੀ ਆਪਣੇ ਘਰ ਬਹਿ ਕੇ ਅਗਰ ਤੁਹਾਡਾ ਬਾਹਰ ਦਾ ਕੁਛ ਖਾਣ ਦਾ ਦਿਲ ਕਰ ਰਿਹਾ, ਅਤੇ ਸਾਰਿਆਂ ਲਈ ਬੈਸਟ ਆਪਸ਼ਨ ਜੋਮੈਟੋ ਸਵਿਗੀ ਦੇ ਹਿਸਾਬ ਨਾਲ। ਬਿਲਕੁਲ, ਅਤੇ ਅੱਜ ਹੀ ਜਿਹੜੀ ਚੀਜ਼ ਕੰਪੇਅਰ ਕਰਾਂਗੇ ਭਾਅ ਜੀ, ਚਾਰ ਪੈਰੀਮੀਟਰ ਰੱਖਦੇ ਹਾਂ ਬਾਈ। ਮੈਂ ਕਹਿੰਦਾ ਹਾਂ ਬਿਲਕੁਲ, ਮੈਂ ਸੋਚ ਰਿਹਾ ਵੀ ਟਾਈਮ ਤਾਂ ਕਾਫੀ ਹੋ ਚੁੱਕਿਆ ਵਾ, ਬਿਲਕੁਲ, ਅਤੇ ਟਾਈਮ ਡਿਨਰ ਦਾ ਹੀ ਹੈ, ਤੇ ਕਿਉਂ ਨਾ ਡਿਨਰ ਲਈ ਕੁਛ ਮੰਗਵਾਇਆ ਜਾਏ। ਥਾਲੀ ਮੰਗਵਾ ਲੈਂਦੇ ਹਾਂ ਦੋਨਾਂ ਦੀ, ਬਿਲਕੁਲ ਇੱਕੋ ਸੇਮ ਰੈਸਟੋਰੈਂਟ ਤੋਂ ਮੰਗਾਵਾਂਗੇ, ਦੇਖਾਂਗੇ ਜਲਦੀ ਕਿਹਦੀ ਆਉਂਦੀ ਹੈ, ਰੇਟ ਕਿਹਦਾ ਸਸਤਾ ਵੈ, ਬਿਲਕੁਲ, ਪੈਕਿੰਗ ਕਿਹਦੀ ਜ਼ਿਆਦਾ ਵਧੀਆ, ਹਾਈਜੀਨ ਅਤੇ ਹਾਈਜੀਨ ਵਗੈਰਾ, ਕੁਆਂਟਿਟੀ ਜਿਹੜਾ ਲੈ ਕੇ ਆਏਗਾ ਜੋਮੈਟੋ ਜਾਂ ਸਵਿਗੀ ਦਾ ਬੰਦਾ, ਉਹਨੇ ਪ੍ਰੋਪਰ ਮਾਸਕ। ਬਾਈ ਕਈ ਵਾਰੀ ਇੱਦਾਂ ਹੁੰਦਾ ਵਾ ਵੀ ਅਲੱਗ ਅਲੱਗ ਸਾਈਟ ਆ ਅਤੇ ਦੋਨਾਂ ਦੀ ਪੈਕਿੰਗ ਵੀ ਅਲੱਗ ਅਲੱਗ ਹੁੰਦੀ ਹੈ, ਅਤੇ ਦੋਨਾਂ ਵਿੱਚ ਕੁਆਂਟਿਟੀ ਵੀ ਘੱਟ ਹੁੰਦੀ ਹੈ ਵੱਧ ਹੁੰਦੀ ਹੈ, ਪ੍ਰਾਈਸ ਦਾ ਡਿਫਰੈਂਸ ਵੀ ਕਿਸੇ ਵੇਲੇ ਆ ਜਾਂਦਾ। ਬਿਲਕੁਲ, ਅਤੇ ਹੁਣ ਪਹਿਲੇ ਆਪਾਂ ਭਾਅ ਜੀ ਆਪਣਾ ਕਰੀਏ ਜੋਮੈਟੋ ਤੋਂ ਆਰਡਰ। ਬਿਲਕੁਲ, ਪਹਿਲੇ ਆਪਾਂ ਕਰਦੇ ਹਾਂ, ਆਲਮੋਸਟ 1-2 ਮਿੰਟ ਦਾ ਹੀ ਫਰਕ ਆਏਗਾ। ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋਵੋਗੇ ਕਿ ਜਿਹੜਾ ਉਹ ਸ਼ੁਰੂ ਹੋਣ ਲੱਗਾ ਹੋਏਗਾ, ਅਤੇ ਇਹਦੀ ਸਕਰੀਨ 'ਤੇ ਦੇਖ ਰਹੇ ਹੋ ਅਸੀਂ ਜੋਮੈਟੋ ਤੋਂ ਆਰਡਰ ਕਰਨ ਲੱਗੇ ਹਾਂ, ਅਤੇ ਭਾਅ ਜੀ ਨੇ ਜਿੱਦਾਂ ਕਿ ਕਿਹਾ ਕਿ ਥਾਲੀ ਆਰਡਰ ਕਰਨੀ ਹੈ, ਅਤੇ ਭਾਅ ਜੀ ਨਿਊ ਬਨਾਰਸੀ ਦੀ ਹੱਟੀ ਤੋਂ ਆਰਡਰ ਕਰਦੇ ਹਾਂ। ਬਿਲਕੁਲ, ਅਤੇ ਇਹਨਾਂ ਦੀ ਆਪਾਂ ਭਾਅ ਜੀ ਮੰਗਵਾ ਲੈਂਦੇ ਹਾਂ, ਸਿੱਧਾ ਥਾਲੀ ਵਾਲੇ ਸੈਕਸ਼ਨ 'ਤੇ ਹੀ ਜਾਈਏ। ਬਿਲਕੁਲ, ਥਾਲੀ ਅਤੇ ਡੀਲਕਸ ਥਾਲੀ ਹੈ, ਐਗਜੀਕਿਊਟਿਵ ਐਗਜੀਕਿਊਟਿਵ ਐਗਜੀਕਿਊਟਿਵ, ਚਲੋ ਐਗਜੀਕਿਊਟਿਵ ਐਡ ਕਰ ਲੈਂਦੇ ਹਾਂ, ਵਿਊ ਕਾਰਟ ਅਸੀਂ ਪੇਮੈਂਟ ਕਰ ਦਿੰਦੇ ਹਾਂ, ਚਲੋ ਹੁਣ ਤਾਂ ਉਹ ਅਸੀਂ ਤੁਹਾਨੂੰ ਬਾਅਦ 'ਚ ਦੱਸਾਂਗੇ। 8:21 'ਤੇ ਅਸੀਂ ਜੋਮੈਟੋ ਦਾ ਆਰਡਰ ਜਿਹੜਾ ਉਹ ਬੁੱਕ ਕੀਤਾ, ਹੁਣ ਫਟਾਫਟ ਸਵਿਗੀ 'ਤੇ ਜਾਂਦੇ ਹਾਂ ਅਤੇ ਸਵਿਗੀ ਤੋਂ ਆਰਡਰ ਕਰਕੇ ਦੇਖਦੇ ਹਾਂ ਆਪਣਾ ਆਰਡਰ ਜਿਹੜਾ, ਨਾਲੇ ਕਿੰਨੇ ਟਾਈਮ ਤੱਕ ਪਹੁੰਚੇਗਾ ਉਹ ਵੀ ਦੇਖਾਂਗੇ। ਇਹ ਆ ਗਿਆ ਜੀ ਉੱਪਰ ਹੀ ਨਿਊ ਬਨਾਰਸੀ ਦੀ ਹੱਟੀ, ਇਹਨਾਂ ਨੇ ਉੱਪਰ ਹੀ ਭਾਅ ਜੀ ਥਾਲੀ ਦਾ ਸੈਕਸ਼ਨ ਬਣਾਇਆ ਤਾਂ ਬੜਾ ਵਧੀਆ, ਇਹ ਚੀਜ਼ ਵਧੀਆ। ਬਿਲਕੁਲ, ਵਿਊ ਕਾਰਟ ਦੇਖੀਏ, ਇੱਧਰ ਜੋਮੈਟੋ 'ਚ ਤਾਂ ਕੋਈ ਕੂਪਨ ਨਹੀਂ ਸੀਗਾ, ਇਹ 'ਚ ਵੀ ਨਹੀਂ ਹੈ ਕੋਈ ਕੂਪਨ, ਅਤੇ ਇਹਦਾ ਵੀ ਆਪਾਂ ਕਰ ਦਿੰਦੇ ਹਾਂ ਪ੍ਰੋਸੀਡ ਟੂ ਪੇ। ਤਕਰੀਬਨ ਸਿਰਫ 1 ਮਿੰਟ ਦਾ ਫਰਕ ਪਿਆ ਭਾਅ ਜੀ ਸਾਡੇ ਆਰਡਰ ਨੂੰ। ਬਿਲਕੁਲ, ਅਤੇ ਸਵਿਗੀ ਬਸ ਵੈਰੀਫਾਈ ਕਰ ਰਿਹਾ, ਆਰਡਰ ਨੂੰ ਵੈਰੀਫਾਈ ਹੋ ਚੁੱਕਾ, ਪੇਮੈਂਟ ਜਿਹੜੀ ਉਹ ਸਾਡੀ ਘੱਟ ਹੋ ਚੁੱਕੀ ਹੈ, ਅਤੇ ਹੁਣ ਦੇਖਦੇ ਹਾਂ ਕਿ ਕਿਹਦਾ ਆਰਡਰ ਜਿਹੜਾ ਉਹ ਸਾਡਾ ਪਹਿਲੇ ਆਉਂਦਾ ਵੈ। ਵੈਸੇ ਜਿਹੜਾ ਐਕਸਪੈਕਟਿਡ ਟਾਈਮ ਹੈ ਉਹ ਹਜੇ ਤੱਕ ਸ਼ੋਅ ਤਾਂ ਨਹੀਂ ਕਰਦਾ ਦੋਨਾਂ ਵਿੱਚੋਂ ਕਿਸੇ ਦਾ, ਅਤੇ 9 ਵਜੇ ਤੱਕ ਹੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਸਿਰਫ 9 ਵਜੇ ਤੱਕ ਹੀ ਡਿਲੀਵਰੀ ਜਿਹੜੀ ਐਡੀ ਵੱਡੀ ਫੈਸਿਲਿਟੀ ਦੇ ਰਹੀ ਤੁਹਾਨੂੰ ਯਾਰ, ਸਾਈਟਸ ਵਾਲੇ ਵੀ ਤੁਹਾਡੇ ਘਰ ਔਨ ਡੋਰ ਤੁਹਾਨੂੰ ਡਿਲੀਵਰੀ ਮਿਲ ਰਹੀ ਹੈ। ਬਿਲਕੁਲ ਸਹੀ ਗੱਲ ਹੈ, ਅਤੇ ਹੁਣ ਦੇਖਦੇ ਹਾਂ ਕਿ ਕਿੰਨੀ ਦੇਰ ਤੱਕ ਸਾਡਾ ਆਰਡਰ ਆਉਂਦਾ, ਫਿਰ ਤੁਹਾਨੂੰ ਸਾਰਾ ਕੁਛ ਦੱਸਦੇ ਹਾਂ। ਸੋ ਬਈ ਆਰਡਰ ਅਸੀਂ ਕੀਤਾ ਸੀ ਭਾਅ ਜੀ ਜੋਮੈਟੋ ਦਾ 8:21 ਦੇ, ਅਤੇ ਸਵਿਗੀ ਦਾ 8:22 ਦੇ, ਅਤੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਟਾਈਮ 8:38 ਹੈ ਜੀ, ਤੁਹਾਨੂੰ ਸਕਰੀਨ 'ਚ ਦਿਖਾਈ ਦੇ ਰਿਹਾ ਹੋਏਗਾ ਜੀ, ਅਤੇ 8 ਮਿੰਟ ਜਿਹੜਾ ਵਾ ਉਹ ਸਵਿਗੀ ਸ਼ੋਅ ਕਰ ਰਿਹਾ ਵਾ। ਤਕਰੀਬਨ 8 ਮਿੰਟ 'ਚ ਜਿਹੜਾ ਸਾਡਾ ਆਰਡਰ ਹੈ ਸਵਿਗੀ ਦਾ ਪਹੁੰਚ ਜਾਏਗਾ, ਅਤੇ ਜੋਮੈਟੋ ਭਾਅ ਜੀ 24 ਮਿੰਟ ਸ਼ੋਅ ਕਰੇ ਕਰਦਾ ਵਾ, 20 ਮਿੰਟ, ਅਤੇ ਉੱਥੇ ਲਿਖੇ ਦਾ ਆਰਡਰ ਹੀ ਸਿਰਫ ਨਹੀਂ। ਐਕਚੁਅਲੀ ਜੋਮੈਟੋ ਪਤਾ ਕਿ ਜੋਮੈਟੋ ਦਾ ਕੀ ਸੀ, ਕਈ ਵਾਰ ਡਬਲ ਡਬਲ ਆਰਡਰ ਪਿਕਅਪ ਕਰ ਲੈਂਦੇ, ਉਹਦੇ ਕਰਕੇ ਵੀ ਪੰਗਾ ਪਿਆ ਹੋ ਸਕਦਾ, ਲੇਕਿਨ ਦੇਖਦੇ ਹਾਂ ਬੈਸਟ ਕਿਹੜਾ ਵਾ। ਪਰ ਇਹ ਦੇਖੋ ਭਾਅ ਜੀ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਜੋਮੈਟੋ 'ਚ ਕੀ ਹੈ ਰਾਈਡਰ ਦਾ ਟੈਂਪਰੇਚਰ ਵੀ ਦੱਸੇ ਦਾ, 98 ਡਿਗਰੀ ਫੈਰਨਹਾਈਟ, ਅਤੇ 7:15 ਵਜੇ ਚੈੱਕ ਕੀਤਾ, ਟਾਈਮ ਵੀ ਲਿਖੇ ਦਾ ਬਿਲਕੁਲ ਕਿ ਇਸ ਟਾਈਮ 'ਚ ਉਹਦਾ ਟੈਂਪਰੇਚਰ ਚੈੱਕ ਕੀਤਾ, ਅਤੇ ਸਵਿਗੀ ਵਿੱਚ ਭਾਅ ਜੀ ਮੈਨੂੰ ਇੱਦਾਂ ਦਾ ਕੁਛ ਨਹੀਂ ਲੱਭ ਰਿਹਾ। ਜੋਮੈਟੋ ਦੀ ਇਹ ਚੀਜ਼ ਵਧੀਆ, ਅਗਰ ਅਸੀਂ ਹਾਈ ਉਹਦੇ ਵਾਈਸ ਚੱਲੀਏ ਕਿ ਕੋਵਿਡ ਦਾ ਟਾਈਮ ਚੱਲ ਰਿਹਾ ਯਾਰ, ਉਹਦੇ ਅਕੋਰਡਿੰਗਲੀ ਮੈਨੂੰ ਇਹ ਚੀਜ਼ ਜੋਮੈਟੋ ਦੀ ਵਧੀਆ ਲੱਗੀ। ਬਿਲਕੁਲ, ਬਾਕੀ ਤੁਹਾਨੂੰ ਆਰਡਰ ਪਹੁੰਚਣ ਦੇ ਕਿਹਦਾ ਆਰਡਰ ਜਲਦੀ ਪਹੁੰਚਦਾ, ਜੋਮੈਟੋ ਨੇ ਫਟਾਫਟ ਹੁਣ 24 ਮਿੰਟ ਹੀ 18 ਮਿੰਟ ਕਰਤਾ ਵੇ ਸਵਿਗੀ ਜੋਮੈਟੋ ਨੇ, ਜੋਮੈਟੋ ਜਿਹੜਾ ਔਨ ਦਾ ਵੇ ਮੈਨੂੰ ਲੱਗ ਰਿਹਾ। ਹਾਂ, ਅਤੇ ਸਵਿਗੀ ਵੀ ਜਿਹੜਾ ਉਹ ਔਨ ਦਾ ਵੇ ਹੀ ਹੈ, ਡਿਲੀਵਰੀ 7 ਮਿੰਟ ਦੇ ਵਿੱਚ, ਦੇਖਦੇ ਹਾਂ ਕਿਹੜਾ ਪਹਿਲੇ ਪਹੁੰਚਦਾ, ਅਤੇ ਨਾਲੇ ਭਾਅ ਜੀ ਮੇਨ ਚੀਜ਼ ਜਿਹੜੀ ਦੱਸਣੀ ਹੈਗੀ ਕਿ ਉਹਨਾਂ ਦੇ ਜਿਹੜਾ ਹਾਈਜੀਨ ਤਰੀਕੇ ਨਾਲ ਪਹੁੰਚਿਆ ਨਹੀਂ ਪਹੁੰਚਿਆ ਇਸ ਟਾਈਮ 'ਤੇ, ਜਿਹੜੀ ਮੇਨ ਮੈਟਰ ਹੈ। ਬਸ ਦੇਖੋ ਨਾ, ਰੇਟ, ਕੁਆਂਟਿਟੀ, ਕੁਆਲਿਟੀ, ਹਾਈਜੀਨ, ਇਸ ਟਾਈਮ 'ਤੇ ਚਾਰ ਚੀਜ਼ਾਂ ਮੇਨ ਮੈਟਰ ਕਰਦੀਆਂ। ਕੋਵਿਡ ਪੈਂਡਾਮਿਕ ਜਿਹੜਾ ਚੱਲ ਰਿਹਾ ਟਾਈਮ, ਐਵੇਂ ਕੋਵਿਡ ਦਾ ਬੜਾ ਹੀ ਇਸ ਟਾਈਮ 'ਤੇ ਬੰਦਾ ਆਇਆ ਨਾ, ਦੂਜੇ ਬੰਦੇ ਨੂੰ ਹੱਥ ਨਾਲ ਡਰ ਲੱਗਦਾ ਵਾ। ਬਿਲਕੁਲ, ਦੇਖਦੇ ਹੁਣ ਕਿ ਜਿਹੜਾ ਰਾਈਡਰ ਨੇ ਗਲਵਸ ਪਾਏ ਰਹੇ ਕਿ ਨਹੀਂ। ਬਈ ਔਰਡਰ ਦੀ ਗੱਲ ਕਰੀਏ ਤਾਂ ਦੋਨੋਂ ਆਪਣੇ ਔਨ ਦਾ ਟਾਈਮ ਪਰਫੈਕਟ ਟਾਈਮ 'ਤੇ ਸੀਗੇ। ਬਿਲਕੁਲ ਯਾਰ, ਜੋ ਟਾਈਮ ਲਿਖੇ ਦਾ ਸੀਗਾ ਨਾ, ਵੈਸੇ ਜੋਮੈਟੋ ਥੋੜ੍ਹਾ ਲੇਟ ਦਿਖਾ ਰਿਹਾ ਸੀ। ਬਿਲਕੁਲ, ਲੇਕਿਨ ਜੋਮੈਟੋ ਉਹੀ 10 ਸੈਕਿੰਡ ਪਹਿਲੇ ਪਹੁੰਚਿਆ, ਸਵਿਗੀ 10 ਸੈਕਿੰਡ ਬਾਅਦ ਪਹੁੰਚਿਆ। 1-2 ਮਿੰਟ ਦਾ ਕੋਈ ਫਰਕ ਮਾਇਨਾ ਨਹੀਂ ਕਰਦਾ। ਬਿਲਕੁਲ, ਜੇ 10-15 ਮਿੰਟ ਦਾ ਫਰਕ ਹੋਇਆ ਉਹ ਮਾਇਨਾ ਨਹੀਂ ਕਰਦਾ, ਯਾਨੀ ਕਿ ਦੋਨਾਂ ਦੀ ਡਿਲੀਵਰੀ ਟਾਈਮ ਜਿਹੜਾ ਉਹ ਪਰਫੈਕਟ, ਔਰ ਦੋਨੋਂ ਗਰਮ ਹੈ ਯਾਰ। ਬਿਲਕੁਲ, ਅਤੇ ਬਾਈ ਮੈਨੂੰ ਪੈਕਿੰਗ ਬਾਹਰੋਂ ਵਧੀਆ ਵਾ,
ਲੇਕਿਨ ਇਹ ਪਲੇਟ ਮੈਨੂੰ ਅੰਦਰੋਂ ਜਿਹੜੀ ਕੋਈ ਗੜਬੜ ਲੱਗ ਰਹੀ ਹੈ ਦੇਖੋ ਦੋਨਾਂ ਵਿੱਚ ਆਹੀ ਹੈ ਦੋਨਾਂ ਜੇ ਅਗਰ ਤੁਹਾਨੂੰ ਦਿਖਾਈ ਦੇ ਰਿਹਾ ਦੋਨਾਂ 'ਚ ਸਪਿਲੇਜ ਹੋ ਚੁੱਕੀ ਹੈ ਮੈਨੂੰ ਲੱਗਦਾ ਰੈਸਟੋਰੈਂਟ ਦੀ ਗਲਤੀ ਹੈ ਬਿਲਕੁਲ ਇਹ 'ਚ ਜ਼ੋਮੈਟੋ ਸਵੀਗੀ ਦੀ ਗਲਤੀ ਨਹੀਂ ਹੈ ਉੱਧਰ ਜ਼ੋਮੈਟੋ ਨੇ ਆਪਣੀ ਬ੍ਰੈਂਡਿੰਗ ਕਰਕੇ ਟੇਪ ਵੀ ਲਾਈ ਹੈ ਸਵੀਗੀ ਨੇ ਸਵੀਗੀ ਨੇ ਕੋਈ ਟੇਪ ਨਹੀਂ ਹੈਗੀ ਸਵੀਗੀ ਦੀ ਬਿਲਕੁਲ ਹੁਣ ਤੁਹਾਨੂੰ ਪਲੇਟ ਜਿਹੜੀ ਉਹ ਦੋਨਾਂ ਦੀ ਖੋਲ ਕੇ ਦੱਸਦੇ ਹਾਂ ਤੇ ਮਾੜੀ ਟੇਸਟਿੰਗ ਵਾਲਾ ਫਰਜ਼ ਤੇ ਆਪਣਾ ਨਿਭਾਣਾ ਹੀ ਨਿਭਾਣਾ ਫੂਡੀ ਹੈ ਫਿਰ ਤੁਹਾਨੂੰ ਪਤਾ ਉਹ ਤਾਂ ਹੋ ਹੀ ਜਾਂਦਾ ਹੈ ਯਾਰ ਕੁਆਂਟੀਟੀ ਵੀ ਦਿਖਾਵਾਂਗੇ ਕਿਹਦੀ ਸਾਨੂੰ ਅਗਰ ਘੱਟ ਵੱਧ ਲੱਗੀ ਕੋਈ ਤੇ ਬਿਲਕੁਲ ਤੇ ਫਿਰ ਤੁਹਾਨੂੰ ਐਂਡ ਵਿੱਚ ਦੱਸਾਂਗੇ ਕਿ ਪ੍ਰਾਈਸ ਸਾਨੂੰ ਕਿਹਦਾ ਜ਼ਿਆਦਾ ਪਿਆ ਕਿਹਦਾ ਘੱਟ ਪਿਆ ਤੇ ਬਾਈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਜਿਹੜੀ ਜ਼ੋਮੈਟੋ ਦੀ ਥਾਲੀ ਆ ਉਹ ਆ ਚੁੱਕੀ ਹੈ ਜ਼ੋਮੈਟੋ ਨੇ ਬੜੀ ਵਧੀਆ ਆਪਣੀ ਬ੍ਰੈਂਡਿੰਗ ਵਾਲੀ ਟੇਪ ਜਿਹੜੀ ਉਹ ਲਗਾ ਕੇ ਭੇਜੀ ਹੈ ਜਿਹੜੀ ਬੜੀ ਆਰਾਮ ਨਾਲ ਖੁੱਲ ਰਹੀ ਹੈ ਨਿਊ ਬਨਾਰਸੀ ਦੀ ਹੱਟੀ ਤੋਂ ਅਸੀਂ ਆਪਣੀ ਇਹ ਸਪੈਸ਼ਲ ਜਿਹੜੀ ਐਗਜ਼ੀਕਿਊਟਿਵ ਥਾਲੀ ਹੈ ਉਹ ਮੰਗਵਾਈ ਹੈ ਅਤੇ ਇਹ ਥਾਲੀ ਦੀ ਤੁਹਾਨੂੰ ਫਸਟ ਲੁੱਕ ਦਿਖਾਉਂਦੇ ਹਾਂ ਇਹ ਥਾਲੀ ਦੇ ਵਿੱਚੋਂ ਸਭ ਤੋਂ ਪਹਿਲੇ ਨਿਕਲੀ ਹੈ ਜੀ ਇਹ ਮੇਰੇ ਖਿਆਲ ਨਾਲ ਤੰਦੂਰੀ ਰੋਟੀ ਹੈ ਸ਼ਾਇਦ ਇਹਨੂੰ ਸਾਈਡ 'ਤੇ ਰੱਖ ਦਿੰਦੇ ਹਾਂ ਅਤੇ ਇਸ ਤੋਂ ਬਾਅਦ ਆ ਗਈ ਜੀ ਇਹ ਸਾਡੀ ਮੇਨ ਜਿਹੜੀ ਥਾਲੀ ਹੈ ਅਤੇ ਥਾਲੀ ਦੀ ਫਸਟ ਲੁੱਕ ਕੁਛ ਇਸ ਤਰੀਕੇ ਦੀ ਹੈ ਪ੍ਰੋਪਰ ਸੀਲ ਪੈਕਡ ਥਾਲੀ ਜਿਹੜੀ ਹੁੰਦੀ ਉਹ ਹੈ ਥਾਲੀ ਨੂੰ ਖੋਲ੍ਹ ਕੇ ਦੇਖਦੇ ਹਾਂ ਥੋੜ੍ਹੀ ਜਿਹੀ ਥਾਲੀਆਂ ਨੂੰ ਨਾ ਖੋਲ੍ਹਣ ਦੇ ਵੇਲੇ ਪ੍ਰੋਬਲਮ ਹੁੰਦੀ ਹੈ ਕਿਉਂਕਿ ਇਹ ਬੜੀ ਜ਼ਿਆਦਾ ਟਾਈਟ ਹੋ ਗਈ ਦੀ ਹੁੰਦੀ ਜਿਹਦੇ ਕਰਕੇ ਇਹਨੂੰ ਖੋਲ੍ਹਣਾ ਔਖਾ ਲੱਗਦਾ ਹੈ ਦੂਸਰੀ ਵਾਲੀ ਥਾਲੀ ਜਿਹਦੇ ਉੱਤੇ ਰੈਪ ਲੱਗੇ ਦਾ ਹੁੰਦਾ ਉਹ ਸਟਿਲ ਈਜ਼ੀ ਹੁੰਦੀ ਹੈ ਪਰ ਇਹਦੇ ਨਾਲ ਇਹ ਹੈ ਫੂਡ ਜਿਹੜਾ ਉਹ ਟਾਈਟ ਰਹਿੰਦਾ ਏਅਰ ਟਾਈਟ ਰਹਿੰਦਾ ਵੈ ਅਤੇ ਇਹ ਥਾਲੀ ਜਿਹੜੀ ਸਾਡੀ ਖੁੱਲ੍ਹ ਚੁੱਕੀ ਹੈ ਔਰ ਜਿੱਦਾਂ ਕਿ ਤੁਹਾਨੂੰ ਥਾਲੀ ਦੇ ਵਿੱਚ ਦਿਖਾਈ ਦੇ ਰਿਹਾ ਹੀ ਹੋਏਗਾ ਸਾਡੇ ਕੋਲ ਦੋ ਅਲੱਗ ਅਲੱਗ ਤਰੀਕੇ ਦੀ ਸਬਜ਼ੀਆਂ ਤੁਹਾਨੂੰ ਬਾਅਦ 'ਚੋਂ ਦੱਸ ਦਿਓ ਕਿਹੜੀ ਸਬਜ਼ੀਆਂ ਵੈ ਨਾਲ ਰਾਇਤਾ ਵੈ ਅਤੇ ਨਾਲ ਸਲਾਦ ਹੈ ਅਤੇ ਵਿੱਚ ਅਚਾਰ ਵੀ ਜਿਹੜਾ ਹੈ ਉਹ ਪੈਕਟ ਛੋਟਾ ਜਿਹਾ ਦਿਖਾਈ ਦੇ ਰਿਹਾ ਵੈ ਤਿੰਨ ਸਬਜ਼ੀਆਂ ਤੁਹਾਨੂੰ ਮੈਂ ਕਿਹਾ ਇਹਦੇ ਵਿੱਚ ਹੈ ਅਤੇ ਜਿਹੜੀ ਰੋਟੀ ਹੈ ਉਹ ਰੋਟੀ ਹੈ ਇਹਦੇ ਵਿੱਚ ਮੇਰੇ ਖਿਆਲ ਨਾਲ ਇੱਕ ਮਿੰਟ ਖੋਲ੍ਹ ਕੇ ਦੇਖਦੇ ਹਾਂ ਕਿਹੜੀ ਰੋਟੀ ਹੈ ਇਹ ਰੋਟੀ ਹੈ ਸਾਡੇ ਕੋਲ ਜੀ ਤੰਦੂਰੀ ਰੋਟੀ ਹਾਂ ਜਿੱਦਾਂ ਕਿ ਤੁਹਾਨੂੰ ਮੈਂ ਦਿਖਾਉਂਦਾ ਇੱਕ ਮਿੰਟ ਕੈਮਰਾ ਦੇ ਵਿੱਚ ਇਹ ਦੇਖੋ ਇਹ ਜਿਹੜੀ ਸਾਡੀ ਰੋਟੀ ਹੈ ਇਹ ਤੰਦੂਰੀ ਰੋਟੀ ਹੈ ਦੋ ਤੰਦੂਰੀ ਰੋਟੀਆਂ ਆਈਆਂ ਇਸ ਥਾਲੀ ਦੇ ਵਿੱਚ ਸਾਡੀ ਅਤੇ ਹੁਣ ਇਹਨੂੰ ਟੇਸਟ ਕਰਦੇ ਹਾਂ ਅਤੇ ਫਿਰ ਤੁਹਾਨੂੰ ਦੱਸਦੇ ਹਾਂ ਬਈ ਇਹ ਆ ਚੁੱਕੀ ਸਾਡੀ ਸਵੀਗੀ ਦੀ ਥਾਲੀ ਯਾਰ ਜ਼ੋਮੈਟੋ ਦੀ ਥਾਲੀ ਸੀ ਨਾ ਟੇਪ ਖੋਲ੍ਹਣੀ ਸੌਖੀ ਸੀਗੀ ਲੱਗ ਰਹੀ ਸਵੀਗੀ ਦੀ ਥਾਲੀ ਥੋੜ੍ਹੀ ਟੇਪ ਖੋਲ੍ਹਣੀ ਔਖੀ ਲੱਗ ਰਹੀ ਹੈ ਇਹਨੂੰ ਫਾੜਨਾ ਹੀ ਪੈਣਾ ਅਤੇ ਜ਼ੋਮੈਟੋ ਦੀ ਥਾਲੀ ਦੇ ਵਿੱਚ ਯਾਰ ਇੱਕ ਸਪੂਨ ਵੀ ਨਿਕਲਿਆ ਸੀਗਾ ਚਮਚ ਵੀ ਨਿਕਲਿਆ ਸੀਗਾ ਜੋ ਮੈਂ ਤੁਹਾਨੂੰ ਸ਼ਾਇਦ ਦੱਸਣਾ ਭੁੱਲ ਗਿਆ ਹੋਵਾਂਗਾ ਸਵੀਗੀ ਦੀ ਥਾਲੀ 'ਚ ਨਹੀਂ ਨਿਕਲਿਆ ਸਵੀਗੀ ਥਾਲੀ 'ਚ ਪਤਾ ਨਹੀਂ ਨਿਕਲੇਗਾ ਜਾਂ ਨਹੀਂ ਨਿਕਲੇਗਾ ਯਾਰ ਇਹ ਦੇਖੋ ਇਹ ਟੇਪ ਦਾ ਇਹੀ ਚੱਕਰ ਹੈ ਕਿ ਇਹ ਟੇਪ ਜਿਹੜੀ ਇਹਦੀ ਖੁੱਲ੍ਹ ਨਹੀਂ ਰਹੀ ਹਾਂ ਲੱਭ ਗਈ ਜ਼ੋਮੈਟੋ ਵਾਲੀ ਟੇਪ ਜਿਹੜੀ ਉਹ ਖੋਲ੍ਹਣੀ ਸੌਖੀ ਸੀਗੀ ਥੋੜ੍ਹੀ ਜਿਹੀ ਇਹ ਵੀ ਫਰਕ ਤਾਂ ਪੈਂਦਾ ਹੀ ਹੈ ਯਾਰ ਇਸ ਚੀਜ਼ ਨਾਲ ਇਹ ਵੀ ਸੇਮ ਹੈ ਇਹ ਆ ਗਈ ਇਹਨਾਂ ਦੀ ਰੋਟੀ ਖੋਲ੍ਹ ਕੇ ਦੇਖ ਲਈਏ ਵਿੱਚ ਕਿੰਨੀਆਂ ਰੋਟੀਆਂ ਵੈ ਇਹਦੇ 'ਚ ਲੱਛਾ ਪਰਾਂਠਾ ਆਇਆ ਯਾਰ ਇਹਦੇ 'ਚ ਸਾਨੂੰ ਲੱਛਾ ਪਰਾਂਠਾ ਮਿਲਿਆ ਸਵੀਗੀ 'ਚ ਅਤੇ ਜ਼ੋਮੈਟੋ ਦੇ ਵਿੱਚ ਸਾਨੂੰ ਮਿਲਿਆ ਕੀ ਕਹਿੰਦੇ ਆ ਉਹ ਸਿੰਪਲ ਤੰਦੂਰੀ ਰੋਟੀਆਂ ਦੋ ਇਹ ਕੀ ਚੱਕਰ ਪਿਆ ਕੁਛ ਸਿਲੈਕਟ ਕਰਨ ਦਾ ਵੀ ਆਪਸ਼ਨ ਨਹੀਂ ਆਇਆ ਦੋਨਾਂ 'ਚ ਅਤੇ ਇਹ ਥਾਲੀ ਹੈ ਜੀ ਸੇਮ ਹੀ ਹੈ ਮੈਨੂੰ ਤਾਂ ਲੱਗ ਰਹੀ ਲੁੱਕ ਜਿਹੜੀ ਆ ਉਹ ਕੋਈ ਫਰਕ ਨਹੀਂ ਹੈ ਖਾਸ ਦੋਨਾਂ ਦੀ ਲੁੱਕ ਦੇ ਵਿੱਚ ਉਸੇ ਤਰੀਕੇ ਦੀ ਲੁੱਕ ਹੈ ਦੋਨੋਂ ਥਾਲੀਆਂ ਦੀ ਅਤੇ ਖੋਲ੍ਹ ਕੇ ਦੇਖਦੇ ਹਾਂ ਬਸ ਸੇਮ ਹੀ ਹੈ ਬਿਲਕੁਲ ਸੇਮ ਹੈ ਬਸ ਫਰਕ ਇਹੀ ਆਇਆ ਕਿ ਪੁੱਛਿਆ ਦੋਨਾਂ ਨੇ ਨਹੀਂ ਸੀਗਾ ਪਰ ਇਹਦੇ 'ਚ ਸਾਨੂੰ ਲੱਛਾ ਪਰਾਂਠਾ ਮਿਲਿਆ ਅਤੇ ਪਿਛਲੇ ਵਾਲੀ 'ਚ ਦੇਖਿਆ ਹੋਏਗਾ ਸਾਨੂੰ ਤੰਦੂਰੀ ਰੋਟੀ ਮਿਲੀ ਹੈ ਇਹ ਫਰਕ ਪਤਾ ਨਹੀਂ ਕਿਉਂ ਹੈ ਇਹਦੇ ਦੇਖਣਾ ਪੈਣਾ ਵੈ ਅਤੇ ਬਾਕੀ ਕੁਆਂਟਿਟੀ ਦੋਨਾਂ ਦੀ ਸੇਮ ਹੈ ਉਸੇ ਤਰੀਕੇ ਦੀ ਕੁਆਂਟਿਟੀ ਹੈ ਉਹੀ ਸਭ ਕੁਛ ਹੈ ਅਤੇ ਹੁਣ ਮਾੜਾ ਜਿਹਾ ਟੇਸਟਿੰਗ ਵਾਲਾ ਵੀ ਫਰਜ਼ ਨਿਭਾ ਲੈਂਦੇ ਹਾਂ ਅਤੇ ਫਿਰ ਤੁਹਾਨੂੰ ਐਂਡ ਵਿੱਚ ਪ੍ਰਾਈਸ ਦੱਸਦੇ ਹਾਂ ਕਿੰਨਾ ਵੈ ਥਾਲੀ ਦਾ ਸਾਨੂੰ ਕਿੰਨਾ ਫਰਕ ਪਿਆ ਜ਼ੋਮੈਟੋ ਦੀ ਸਵੀਗੀ 'ਚ ਅਤੇ ਬਈ ਇਹ ਸਾਡੀ ਥਾਲੀ ਜਿਹੜੀ ਆਪਾਂ ਮੰਗਾਈ ਸੀਗੀ ਜ਼ੋਮੈਟੋ ਸਵੀਗੀ ਦੇ ਦੋਨੋਂ ਥਾਲੀਆਂ ਸੇਮ ਸੀਗੀਆਂ ਇਸੇ ਕਰਕੇ ਇੱਕੋ ਦੀ ਟੇਸਟਿੰਗ ਦੱਸ ਰਿਹਾ ਇਹਦੇ ਵਿੱਚ ਆ ਗਿਆ ਸਾਡਾ ਇਹ ਆ ਗਿਆ ਰਾਇਤਾ ਜਿਹੜਾ ਕਿ ਪਿਆਜ਼ ਵਿੱਚ ਮੈਨੂੰ ਦਿਖਾਈ ਦੇ ਰਿਹਾ ਇਹ ਆ ਗਿਆ ਜੀ ਵਿੱਚ ਪਨੀਰ ਦੀ ਸਬਜ਼ੀ ਪਨੀਰ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗ ਰਹੀ ਹੈ ਅਤੇ ਇਹ ਹੈ ਜੀ ਦਾਲ ਮੱਖਣੀ ਨਾਲ ਦੋਨਾਂ 'ਚ ਮਿਲਿਆ ਸਾਨੂੰ ਮਿਕਸਡ ਪਿਕਲ ਦਾ ਇੱਦਾਂ ਇੱਕ ਛੋਟਾ ਜਿਹਾ ਡੱਬਾ ਅਤੇ ਨਾਲ ਆਇਆ ਇਹਨਾਂ ਦਾ ਸਲਾਦ ਜਿਹ 'ਚ ਸਿਰਫ ਪਿਆਜ਼ ਹੀ ਹੈ ਹੋਰ ਕੁਛ ਨਹੀਂ ਹੈਗਾ ਅਤੇ ਹੁਣ ਟੇਸਟ ਕਰਦੇ ਹਾਂ ਇੱਕੋ ਹੀ ਬਾਈਟ ਜਿਹੜੀ ਉਹ ਮੈਂ ਟੇਸਟ ਕਰਾਂਗਾ ਕਿਉਂਕਿ ਟੇਸਟਿੰਗ ਤਾਂ ਇਹਦੇ ਵਿੱਚ ਇੰਨੀ ਮਾਇਨੇ ਨਹੀਂ ਰੱਖਦੀ ਸੀਗੀ ਜਿੰਨੀ ਕੁਆਂਟਿਟੀ ਵਗੈਰਾ ਅਤੇ ਪ੍ਰਾਈਸ ਮਾਇਨੇ ਰੱਖਦਾ ਬਈ ਟੇਸਟ ਵਧੀਆ ਅਤੇ ਜੇ ਮੈਂ ਗੱਲ ਕਰਾਂ ਪ੍ਰਾਈਜ਼ਿੰਗ ਦੀ ਤਾਂ ਸਾਨੂੰ ਜਿਹੜੀ ਸਵੀਗੀ ਤੋਂ ਥਾਲੀ ਪਈ ਹੈ ਉਹ ਪਈ ਹੈ 238 ਰੁਪਏ ਦੀ ਕੋਈ ਦੋਨਾਂ 'ਤੇ ਕੋਈ ਕੂਪਨ ਨਹੀਂ ਲਗਾਇਆ ਅਸੀਂ ਬਿਨਾਂ ਕੂਪਨ ਤੋਂ ਆਰਡਰ ਕੀਤੀ ਹੈ ਅਤੇ ਜ਼ੋਮੈਟੋ ਤੋਂ ਸਾਨੂੰ ਜਿਹੜੀ ਥਾਲੀ ਪਈ ਹੈ ਉਹ ਪਈ ਹੈ 260 ਰੁਪਏ ਦੀ 259 ਰੁਪੀਜ਼ ਦੀ ਜ਼ਿਆਦਾ ਪ੍ਰਿਸਾਈਜ਼ ਅਗਰ ਮੈਂ ਗੱਲ ਕਰਾਂ ਯਾਨੀ ਕਿ ਸਾਨੂੰ ਜ਼ੋਮੈਟੋ 'ਚ 20 ਰੁਪਏ ਜ਼ਿਆਦਾ ਮਹਿੰਗੀ ਥਾਲੀ ਪਈ ਹੈ
ਸਵੀਗੀ ਨਾਲੋਂ, ਕਿਉਂਕਿ ਜ਼ੋਮੈਟੋ ਵਾਲਿਆਂ ਨੇ ਪਤਾ ਨਹੀਂ ਕੋਈ ਡਿਲੀਵਰੀ ਸਰਜ ਲਗਾਇਆ, ਉੱਤੇ ਲਿਖਿਆ ਸੀਗਾ 40 ਰੁਪਏ, ਜਿਹਦੇ ਕਰਕੇ ਥਾਲੀ ਦਾ ਪ੍ਰਾਈਜ਼ ਜਿਹੜਾ ਉਹ ਐਕਸਟਰਾ ਹੋ ਗਿਆ। ਅਤੇ ਯਾਨੀ ਕਿ ਹੁਣ ਅਗਰ ਅਸੀਂ ਸੇਮ ਚੀਜ਼ ਖਾਣੀ ਹੈ, ਜ਼ੋਮੈਟੋ ਸਾਡੇ ਕੋਲ 20 ਰੁਪਏ ਵੱਧ ਚਾਰਜ ਕਰ ਰਿਹਾ, ਸਵੀਗੀ 20 ਰੁਪਏ ਘੱਟ ਚਾਰਜ ਕਰ ਰਿਹਾ, ਸੇਮ ਕੁਆਂਟਿਟੀ ਸੇਮ ਚੀਜ਼ ਦੇ ਲਈ। ਔਰ ਸਾਨੂੰ ਜ਼ੋਮੈਟੋ ਵਾਲੀ ਥਾਲੀ ਦੇ ਵਿੱਚ ਜਿਹੜਾ ਮੇਨ ਡਿਫਰੈਂਸ ਲੱਗਿਆ ਉਹ 'ਚ ਤੰਦੂਰੀ ਰੋਟੀ ਸੀਗੀ, ਇਹਦੇ 'ਚ ਲੱਛਾ ਪਰਾਂਠਾ ਸੀਗਾ। ਸਿਰਫ ਇਹ ਦੋ ਡਿਫਰੈਂਸਿਸ ਦੇ ਕਰਕੇ ਅੱਜ ਮੇਰੇ ਹਿਸਾਬ ਨਾਲ ਤਾਂ ਸਵੀਗੀ ਜਿਹੜਾ ਵਾ ਉਹ ਸਾਡਾ ਅਲਟੀਮੇਟ ਵਿਨਰ ਹੈ ਅੱਜ ਦੇ ਚੈਲੇਂਜ ਦੇ ਵਿੱਚ। 20 ਰੁਪਏ ਨੇ ਸਾਡੇ ਬਚਾਏ ਆ, ਮੋਰ ਓਵਰ ਜਿਹੜਾ ਲੱਛਾ ਪਰਾਂਠਾ ਸਾਨੂੰ ਮਿਲਿਆ ਇਹਦੇ 'ਚ। ਅਤੇ ਮੇਰੇ ਹਿਸਾਬ ਨਾਲ ਜੇ ਤੁਸੀਂ ਔਡਰ ਕਰਨਾ ਚਾਹੁੰਦੇ ਹੋ ਤਾਂ ਦੋਨਾਂ ਵਿੱਚੋਂ ਜਿਹੜੇ ਮਰਜ਼ੀ ਜਗ੍ਹਾ 'ਤੇ ਔਡਰ ਕਰ ਸਕਦੇ ਹੋ, ਜਿਹੜਾ ਰੈਸਟੋਰੈਂਟ ਤੁਹਾਨੂੰ ਹਾਈਜੀਨਿਕ ਲੱਗਦਾ। ਜ਼ੋਮੈਟੋ 'ਚ ਹਾਈਜੀਨ ਦਾ ਫਾਇਦਾ ਇਹ ਹੈ ਕਿ ਜ਼ੋਮੈਟੋ 'ਚ ਤੁਹਾਨੂੰ ਨਾਲ ਦਿਖਾਈ ਦੇਗਾ ਕਿ ਤੁਹਾਡਾ ਜਿਹੜਾ ਰਾਈਡਰ ਆ ਉਹਦਾ ਟੈਂਪਰੇਚਰ ਕਿੰਨਾ ਵਾ ਔਰ ਕਿੰਨੇ ਟਾਈਮ 'ਤੇ ਜਿਹੜਾ ਟੈਂਪਰੇਚਰ ਉਹ ਚੈੱਕ ਕੀਤਾ ਗਿਆ ਵੇ। ਅਤੇ ਜ਼ਿਆਦਾ ਵੀਡੀਓ ਨੂੰ ਲੰਬੀ ਨਾ ਕਰਦਾ ਮੈਂ। ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਅਤੇ ਸਾਨੂੰ ਕਮੈਂਟ ਵਿੱਚ ਜ਼ਰੂਰ ਆਪਣਾ ਵੈਲਿਊਏਬਲ ਫੀਡਬੈਕ ਦੇਣਾ ਕਿ ਇਹੀ ਇੱਦਾਂ ਦੀ ਹੋਰ ਕਿਹੜੀ ਵੀਡੀਓ ਤੁਹਾਨੂੰ ਬਣਾ ਕੇ ਦੱਸੀਏ। ਮਿਲਦੇ ਹਾਂ ਤੁਹਾਨੂੰ ਅਗਲੀ ਕਿਸੇ ਵਧੀਆ ਜੀ ਵੀਡੀਓ ਦੇ ਵਿੱਚ। ਟਿਲ ਦੈਨ, ਬਾਏ ਬਾਏ।